ਹੈਲੋ एवरीवन ਵੈਲਕਮ ਟੂ ਦਾ ਟੈਟ ਬਜ਼ਰ ਅਕੈਡਮੀ ਬਠਿੰਡਾ ਬੋਹਰ ਪੰਜਾਬ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅੱਜ ਆਪਣਾ ਸੈਸ਼ਨ ਨੰਬਰ 5 ਹੈ ਵਨ ਲਾਈਨਰ ਨੂੰ ਲੈ ਕੇ ਗੁੱਡ ਮਾਰਨਿੰਗ ਟੂ 올 ਫਰਸਟ ਆਫ 올 ਤਾਂ ਤਾਂ ਅੱਜ ਦਾ ਸੈਸ਼ਨ ਵੀ ਤੁਹਾਨੂੰ ਸਾਰਿਆਂ ਨੂੰ ਵਧੀਆ ਹੀ ਲੱਗੇਗਾ ਜਿਵੇਂ ਕਿ ਤੁਹਾਡੇ ਪਿਛਲੇ ਸੈਸ਼ਨ ਵਧੀਆ ਲੱਗ ਰਹੇ ਹੋਣਗੇ ਤਾਂ ਅੱਜ ਜੋ ਆਪਣਾ ਪਹਿਲਾ ਕੁਸ਼ਚਨ ਰਹਿਣ ਵਾਲਾ ਹੈ ਅੱਜ ਦਾ ਉਸ ਤੋਂ ਪਹਿਲਾਂ ਮੈਂ ਦੱਸਦਾ ਕਿ ਰਿਕਾਰਡਡ ਬੈਚ ਆ ਚੁੱਕਿਆ ਹੈ ਜਿਸ ਨੇ ਵੀ ਜੁਆਇਨ ਕਰਨਾ ਹੈ ਆਪਦੀ ਪੇਪਰ ਦੀ ਤਿਆਰੀ ਲਈ ਕਰ ਸਕਦਾ ਹੈ ਪਹਿਲਾ ਕੁਸ਼ਚਨ ਹੈ ਵੈਨ ਵਾਸ ਦਾ ਵਾਈਲਡ ਲਾਈਫ ਪ੍ਰੋਟੈਕਸ਼ਨ ਐਕਟ ਪਾਸ ਦੇਖੋ ਜੀ ਬੇਸਿਕਲੀ ਅਗਰ ਆਪਾਂ ਗੱਲ ਕਰੀਏ ਨਾ ਇਹ ਵਾਈਲਡ ਲਾਈਫ ਪ੍ਰੋਟੈਕਸ਼ਨ ਐਕਟ ਤਾਂ ਪਾਸ ਕੀਤਾ ਗਿਆ ਸੀ ਕਿਉਂਕਿ ਤੁਹਾਨੂੰ ਪਤਾ ਟਾਈਗਰਸ ਕਿ ਐਕਸਟਿੰਕਟ ਹੋ ਰਹੇ ਨੇ ਐਂ ਦੇ ਕਰਕੇ ਤਾਂ ਇਹ ਬੇਸਿਕਲੀ 1972 ਦੇ ਵਿੱਚ ਹੋਇਆ ਸੀ 9 ਸੈਪਟੈਂਬਰ ਇਹ ਕਿਉਂ ਰੀਜ਼ਨ ਕੀ ਹੈ ਬਸ ਵਾਈਲਡ ਲਾਈਫ ਨੂੰ ਬਚਾਉਣ ਵਾਸਤੇ ਇੱਕ ਐਕਟ ਪਾਸ ਕੀਤਾ ਗਿਆ ਸੀ ਜੋ ਵੀ ਕੀ ਜੇ ਇਹਨੂੰ ਹਾਮ ਹਾਮ ਕਰੇਗਾ ਉਹਨੂੰ ਬਹੁਤ ਵੱਡਾ ਜੁਰਮਾਨਾ ਤੇ ਸਜ਼ਾ ਹੋਏਗੀ ਜੀ ਇਹ ਆਪਾਂ ਨੂੰ ਪਤਾ ਹੈ ਵਾਟ ਇਜ਼ ਦ ਪ੍ਰੋਸੈਸ ਆਫ ਮੇਕਿੰਗ ਕਾਰਡ ਫ্রম ਮਿਲਕ ਪੋਰ ਅ ਦੁੱਧ ਤੋਂ ਹੀ ਦੁੱਧ ਤੋਂ ਦਹੀਂ ਬਣਾਉਣ ਦੀ ਪ੍ਰਕਿਰਿਆ ਨੂੰ ਕੀ ਕਿਹਾ ਜਾਂਦਾ ਹੈ ਜੀ ਕੀ ਆਏਗਾ ਫਰਮੈਂਟੇਸ਼ਨ ਕੀ ਆਏਗਾ ਫਰਮੈਂਟੇਸ਼ਨ ਕੀ ਆਏਗਾ ਫਰਮੈਂਟੇਸ਼ਨ ਕਲੀਅਰ ਹੋ ਗਿਆ ਆਲਾ ਪੁਆਇੰਟ ਵੀ ਠੀਕ ਹੈ ਐਦਾਂ ਦਾ ਪ੍ਰੋਸੈਸ ਜਿਹੜਾ ਕੀ ਹੈ ਜੀ ਮਿਲਕ ਤੋਂ ਕੀ ਹੈ ਕर्ड ਬਣਨ ਦੀ ਪ੍ਰਕਿਰਿਆ ਨੂੰ ਕੀ ਕਿਹਾ ਜਾਂਦਾ ਹੈ ਫਰਮੈਂਟੇਸ਼ਨ ਸੈਕਿੰਡ ਕੁਐਸਚਨ ਹੋ ਚੁੱਕਿਆ ਹੈ ਥਰਡ ਇਕੋਲੋਜੀ ਸਾਰਿਆਂ ਨੂੰ ਪਤਾ ਹੈ ਜੀ ਇਕੋਲੋਜੀ ਸਾਰਿਆਂ ਨੂੰ ਪਤਾ ਹੈ ਇਕੋਲੋਜੀ ਕੀ ਹੁੰਦੀ ਹੈ ਜੀ ਇਕੋ ਦਾ ਮਤਲਬ ਆਇਕਸ ਤੋਂ ਮਨੇਆ ਹੈ ਬੇਸਿਕਲੀ ਆਪਾਂ ਅਗਰ ਗੱਲ ਕਰੀਏ ਤਾਂ ਦਾ ਮਤਲਬ ਕੀ ਹੈ ਜੀ ਜ਼ਿੰਦਗੀ ਠੀਕ ਹੈ ਸਟਡੀ ਆਫ ਲਾਈਫ ਠੀਕ ਹੈ ਸਟਡੀ ਆਫ ਲਿਵਿੰਗ ਆਰਗਾਨਿਜ਼ਮ ਵਿਦ ਰਿਲੇਸ਼ਨਸ਼ਿਪ ਆਫ এনवायरमेंट ਠੀਕ ਹੈ ਜੀਵ ਜੰਤੂਆਂ ਦਾ ਉਹਨਾਂ ਦੇ ਆਲੇ-ਦੁਆਲੇ ਦੇ ਨਾਲ ਜਿਹੜਾ ਆਲੇ-ਦੁਆਲੇ ਦਾ এনवायरमेंट ਹੈ ਉਹਦੇ ਨਾਲ ਜਿਹੜਾ ਸੰਬੰਧ ਹੈ ਉਹਦੀ ਪੜਾਈ ਨੂੰ ਕੀ ਕਿਹਾ ਜਾਂਦਾ ਹੈ ਇਕੋਲੋਜੀ ਕਿਹਾ ਜਾਂਦਾ ਹੈ ਠੀਕ ਹੈ ਜੀ इकोलॉजी क्या जाता है तो लिखो स्टडी ऑफ स्टडी ऑफ रिलेशनशिप बिटवीन ऑर्गेनिजम्स एंड एनवायरनमेंट ठीक है ਵੇਰ ਇਜ਼ ਦਾ ਵੈਲਿਊ ਆਫ ਫਲਾਰਸ ਲੋਕੇਟਿਡ ਐਟ ਆਪਾਂ ਨੂੰ ਦੱਸਣ ਦੀ ਲੋੜ ਹੀ ਨਹੀਂ ਹੈਗੀ ਕਿਉਂਕਿ ਇਹ ਕਿੱਥੇ ਹੈ ਕੌਣ ਦੱਸੇਗਾ ਸਾਰੇ ਜਣੇ ਜਵਾਬ ਦਿਓ ਹਾਂਜੀ ਉਤਰਾਖੰਡ ਦੇ ਅੰਦਰ ਉਤਰਾਖੰਡ ਚਮੋਲੀ ਸਟੇਟ ਦੇ ਵਿੱਚ ਠੀਕ ਹੈ ਬਹੁਤ ਸੋਹਣੀ ਜਗ੍ਹਾ ਹੈ ਲੋਕ ਇੱਥੇ ਨੂੰ ਮੰਨ ਵੀ ਜਾਂਦੇ ਐਜ਼ ਅ ਟੂਰਿਸਟ ਇਹ ਬਹੁਤ ਜ਼ਿਆਦਾ ਪਪੂਲਰ ਵੀ ਹੈ ਫਿਫਥ ਕੁਐਸਚਨ ਕਰਨ ਤੋਂ ਪਹਿਲਾਂ

हाँ जी किसने स्पीशीज की उत्पत्ति किस दी है हु हैज रिटन द ओरिजन ऑफ स्पीशीज हाँ जी कौन आएगा जी दसो बिल्कुल जी बिल्कुल चार्ल्स डार्विन ने चार्ल्स डार्विन बारे तो आप पढ़ते भी हैं उन्होंने की गल कही सी कुशलता बारे उन्होंने गल कही सी ਕਿਸੀ ਕੋਈ ਅੰਗ ਹੈ ਜਿਹੜਾ ਤੁਸੀਂ ਯੂਜ਼ ਕਰ ਰਹੇ ਹੋ ਉਸ ਉਸ ਦੇ ਅੰਗ ਦੀ ਕੁਸ਼ਲਤਾ ਤੇ ਡਿਪੈਂਡ ਕਰਦਾ ਜੇਕਰ ਤੁਸੀਂ ਯੂਜ਼ ਨਾ ਕਰੋਗੇ ਉਹ ਖਰਾਬ ਹੋ ਜਾਊਗਾ ਅਪਾਈ ਕਹਿੰਦੇ ਨਾ ਇੱਕ ਛੋਟੀ ਜਿਹੀ ਐਗਜ਼ਾਮਪਲ ਹੋਰ ਦਿੰਨੀ ਆ ਕਿ ਅਗਰ ਆਪਾਂ ਦਿਮਾਗ ਨੂੰ ਯੂਜ਼ ਨਾ ਕਰੀਏ ਦਿਮਾਗ ਰੱਬ ਨੇ ਇੱਕੋ ਵਰਗੇ ਦਿੱਤੇ ਸਭ ਨੂੰ ਹੈ ਨਾ ਇੱਕੋ ਕੁਆਂਟੀਟੀ ਚ ਦਿੱਤੇ ਆ ਬਟ ਅਗਰ ਤੁਸੀਂ ਯੂਜ਼ ਕਰੋਗੇ ਤਾਂ ਕੰਮ ਕਰੇਗਾ ਜੇਕਰ ਨਾ ਕਰੋਗੇ ਤਾਂ ਉਹ ਜੰਗਾਲ ਲੱਗ ਜਾਏਗਾ ਇਹ ਬੇਸਿਕਲੀ ਗੱਲਾਂ ਇਹਦੇ ਵਿੱਚ ਹੈਗੀਆਂ ਜੀ ਕਲੀਅਰ ਹੋ ਗਿਆ ਉਸ ਬਾਅਦ ਵਿਚ ਅਮੰਗ ਅਲਟਰਾ ਵਾਇਲਟ ਰੇਜ਼ ਇਜ਼ ਮੋਰ ਹਾਰਮਫੁਲ ਐਂਡ ਕਿਹੜੀ ਜਿਹੜੀ ਅਲਟਰਾ ਵਾਇਲਟ ਰੇ ਹੈ ਉਹ ਕੀ ਹੈ ਜੀ ਬੇਸਿਕਲੀ ਹਾਰਮਫੁਲ ਜਿਵੇਂ ਤੁਹਾਨੂੰ ਪਤਾ ਅਲਟਰਾ ਵਾਇਲਟ ਏ ਅਲਟਰਾ ਵਾਇਲਟ ਬੀ ਅਲਟਰਾ ਵਾਇਲਟ ਸੀ ਹੁਣ ਆ ਚੀਜ਼ ਹੈਗੀ ਹੈ ਐਂਡ ਦੇ ਵਿੱਚੋਂ ਸਭ ਤੋਂ ਜ਼ਿਆਦਾ ਜਿਹੜੀ ਕੀ ਹੈ ਜੀ ਹਾਰਮਫੁਲ ਕਿਹੜੀ ਹੈ ਉਹ ਹੈ ਅਲਟਰਾ ਵਾਇਲਟ ਸੀ ਜਿਹੜੀ ਕੀ ਹੈ ਸ਼ਾਰਟ ਸ਼ਾਰਟ ਕਹਿ ਦਿੰਦੇ ਆ ਜੀ ਸ਼ਾਰਟ ਅਲਟਰਾ ਵਾਇਲਟ ਠੀਕ ਹੈ ਜੀ ਸ਼ਾਰਟ ਹੈ ਜੀ ਇਹਦੀ ਵੇਵ ਲੈਂਥ ਸ਼ਾਰਟ ਵੇਵ ਲੈਂਥ ਐਂਦੀ ਜਿਹੜੀ ਤਰੰਗ ਲੰਬਾਈ ਐ ਨਾ ਥੋੜੀ ਹੈ ਛੋਟੀ ਹੈ ਠੀਕ ਹੈ ਨਾ ਅਲਟਰਾ ਵਾਇਲਟ ਇਕਨ ਦੇ ਯੂਵੀ ए बी सी ਤੇ ਯੂਵੀ ਸੀ ਸਭ ਤੋਂ ਜਿਹੜੀ ਹਾਰਮਫੁਲ ਬਣਨੀ ਜਾਂਦੀ ਹੈ ਐਂਦੀ ਤਰੰਗ ਲੰਬਾਈ ਸਭ ਤੋਂ ਛੋਟੀ ਹੁੰਦੀ ਹੈ ਵਾਟ ਇਜ਼ ਦਾ ਮੀਨਿੰਗ ਆਫ ਡਬਲਯੂ ਡਬਲਯੂ ਐਫ ਇਦਾਂ ਸਾਰਿਆਂ ਨੂੰ ਪਤਾ ਹੈ ਹੈ ਨਾ ਇਦਾਂ ਸਾਰਿਆਂ ਨੂੰ ਪਤਾ ਹੈ ਕੀ ਆਏਗਾ ਵਰਲਡ ਵਾਈਲਡ ਲਾਈਫ

ਕੰਟਰੋਲ ਬੋਰਡ ਸੈਂਟਰਲ ਪੋਲਿਊਸ਼ਨ ਕੰਟਰੋਲ ਬੋਰਡ ਭਾਰਤ ਵਿੱਚ ਕਿਹੜੀ ਏਜੰਸੀ ਮੁੱਖ ਤੌਰ ਤੇ ਪ੍ਰਦੂਸ਼ਣ ਦੇ ਮਾਪ ਨਾਲ ਸੰਬੰਧਿਤ ਹੈ ਉਹ ਹੈ ਸੀਪੀਸੀਬੀ ਠੀਕ ਹੈ ਉਸ ਬਾਅਦ ਗ੍ਰਾਸਲੈਂਡ ਇਕੋਸਿਸਟਮ ਦੀ ਭੋਜਨ ਲੜੀ ਵਿੱਚ ਉੱਚ ਪੱਧਰੀ ਖਪਤਕਾਰ ਕੌਣ ਹਨ ਤੁਹਾਨੂੰ ਪਤਾ ਸਭ ਤੋਂ ਦੇਖੋ ਥੱਲੇ ਪਹਿਲਾ ਕੀ ਆਏ ਜਗਾ ਪ੍ਰੋਡਿਊਸਰਸ ਯਾਪਕ ਕਹਿ ਦਿੰਨੇ ਆ ਬੇਸਿਕਲੀ ਉਹ ਜਿਹੜੇ ਕੀ ਆ ਪ੍ਰੋਡਿਊਸਰਸ ਕੀ ਹੈਗੇ ਪਲਾਂਟਸ ਹੈ ਫਿਰ ਹਰਬੀਵੋਰਸ ਆ ਜਾਣਗੇ ਸ਼ਾਕਾਹਾਰੀ ਜਾਨਵਰ ਫਿਰ ਕਿਹੜਾ ਆ ਜਾਏਗਾ ਕਾਰਨੀਵੋਰ ਸਭ ਤੋਂ ਹਾਈ ਲੈਵਲ ਤੇ ਕਿਹੜਾ ਤੁਰਿਆ ਫਿਰਦਾ ਹੈ ਕਾਰਨੀਵੋਰਸ ਠੀਕ ਹੈ ਤਾਂ ਕੀ ਆਏਗਾ ਇਹਦਾ ਅਨਸਰ ਕਾਰਨੀਵੋਰਸ ਤਾਂ ਅਨਸਰ ਕੀ ਆ ਗਿਆ 10th ਦਾ ਕਾਰਨੀਵੋਰ ਉਮੀਦ ਕਰਦੀ ਆ ਅੱਜ ਦਾ ਸੈਸ਼ਨ ਵਧੀਆ ਲੱਗਿਆ ਹੋਵੇਗਾ ਦੇਖੋ ਜੀ ਐਸ ਕੁਸ਼ਨਸ ਦਾ ਫਰਾਂ ਦਾ ਮਤਲਬ ਇਹ ਹੈ ਕਿ ਰੋਜ਼ ਦੇ 5-7 ਮਿੰਟ ਤੁਸੀਂ ਮੈਨੂੰ ਦੇਨੇ ਆ ਬਾਕੀ ਜੋ ਵੀ ਅਨਮੋਲ ਸਿਰ ਤੁਹਾਨੂੰ ਕੀ ਹੈ ਜੇਕਰ ਤੁਸੀਂ ਆਪਣੀ ਸਟੱਡੀ ਰਿਵੀਜ਼ਨ ਕਰਨੀ ਹੈ ਨਾ ਤਾਂ ਇਸ ਟਾਈਮ ਜੈ ਸੈਲਫ ਸਟੱਡੀ ਕਰੋ ਬਹੁਤ ਵਧੀਆ ਲੈਵਲ ਤੇ ਹੈ ਜੇਕਰ ਤੁਹਾਡਾ ਸਿਲੇਬਸ ਇੱਕ ਵਾਰੀ ਹੋ ਚੁੱਕਿਆ ਹੈ ਤਾਂ ਤੁਸੀਂ ਆਪਣੀ ਸੈਲਫ ਸਟੱਡੀ ਨੂੰ ਇੱਕ ਟਾਈਮ ਟੇਬਲ ਦੇ ਥਰੂ ਤੁਸੀਂ ਕਰ ਸਕਦੇ ਹੋ ਅਨਮੋਲ ਸਿਰ ਰੋਜ਼ ਦਾ ਟਾਈਮ ਟੇਬਲ ਦੇ ਰਿਹਾ ਹੁਣ ਦੇਚ ਈਵੀਐਸ ਦੇ ਤੁਹਾਨੂੰ 25 ਦਿਨਾਂ ਦੇ ਵਿੱਚ 25 ਚੈਪਟਰ ਕਰਵਾਏ ਜਾਣਗੇ ਅ ਕਰ ਚੁੱਕੇ ਹੋ ਤਾਂ ਰਿਵੀਜ਼ਨ ਬਹੁਤ ਮੈਟਰ ਕਰਦੀ ਹੈ ਤਾਂ ਇਹ ਚੀਜ਼ਾਂ ਨੂੰ ਧਿਆਨ ਰੱਖਦੇ ਹੋ ਤੁਸੀਂ ਪੜ੍ਹਨਾ ਹੈ ਬਾਕੀ ਤੁਹਾਡੀ ਵਿਸ਼ਾ ਆਪਣਾ ਰੈਪਿਡ ਪੈਚ ਹੈਗਾ ਜੀ ਜੁਆਇਨ ਕਰ ਸਕਦੇ ਹੋ 300 ਦਾ ਇਸ ਟਾਈਮ ਤੇ ਇੱਥੇ ਡਿਸਕਾਊਂਟ ਚੱਲ ਰਿਹਾ ਹੈ ਠੀਕ ਹੈ ਜੀ ਅਗਰ ਕੋਈ ਵੀ ਅੱਲੇ ਤੱਕ ਸਾਡੇ ਫ੍ਰੀ WhatsApp ਗਰੁੱਪ ਦੇ ਵਿੱਚ ਐਡ ਨਹੀਂ ਹੋਇਆ ਆਪ ਦਾ ਨਾਮ ਲਿਖ ਕੇ ਤੁਹਾਡੀ ਸਿਟੀ ਕੀ ਹੈ ਤੁਹਾਡਾ ਕੋਰਸ ਕਿਹੜਾ ਜੀ ਕਿਹੜੇ ਤੁਹਾਡਾ ਜੈਂਡਰ ਕੀ ਹੈ ਆਪਣੇ ਹੈਲਪਲਾਈਨ ਨੰਬਰ 97150500 ਤੇ ਮੈਸੇਜ ਕਰ ਦਿਓ ਤਾਂ ਕਿ ਸੀ ਤੁਹਾਨੂੰ ਪ੍ਰਾਈਵੇਟ ਵਟਸਐਪ ਗਰੁੱਪ ਦੇ ਵਿੱਚ ਐਡ ਕਰ ਦਈਏ ਉਮੀਦ ਕਰਦੀ ਆ ਮੈਂ ਅੱਜ ਦਾ ਸੈਸ਼ਨ ਵੀ ਵਧੀਆ ਲੱਗਿਆ ਹੋਵੇਗਾ ਆਪਣੇ ਆਉਣ ਵਾਲੇ ਸੈਸ਼ਨ ਵੀ ਤੁਹਾਨੂੰ ਪਸੰਦ ਆਣਗੇ ਇਦਾਂ ਹੀ ਤੁਸੀਂ ਮੈਨੂੰ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਣਾ ਕਿਉਂਕਿ ਤੁਹਾਡੀ ਤੁਹਾਡਾ ਇੱਕ ਕਮੈਂਟ ਮੈਨੂੰ ਹੋਰ ਮੋਟੀਵੇਟ ਕਰਦਾ ਹੈ ਔਰ ਸ਼ਾਮੀ 8:30 ਵਜੇ ਆਪਣੀ ਪੀਐਸਸੀਬੀ ਬੋਰਡ ਦੀਆਂ ਕਲਾਸਿਸ ਵਾਲੇ ਐਮਸੀਕਿਊਜ਼ ਚੱਲ ਰਹੇ ਹੈ ਤਾਂ ਪਲੀਜ਼ ਸਾਰੇ ਜਣੇ ਉਹ ਵੀ ਲਗਾ ਲੈਣਾ ਥੈਂਕ ਯੂ ਬਾਏ ਟੇਕ ਕੇਅਰ